ਸੋਸ਼ਲ ਮੀਡੀਆ ਤੇ ਤੁਸੀਂ ਇੱਕ ਵਲੌਗਰ ਨੂੰ ਦੇਖਿਆ ਹੋਵੇਗਾ ਜੋ ਵਲੌਗਰ ਪਾਕਿਸਤਾਨ ਤੋਂ ਹੈ ਤੇ ਔਰ ਇਸ ਤਰ੍ਹਾਂ ਦੀ ਵੀਡੀਓਜ਼ ਨਾਲ ਸਾਨੂੰ ਇੱਕ ਲਾਹੌਰ ਦੇ ਨਾਲ ਜੁੜੀਆਂ ਹੋਰ ਥਾਵਾਂ ਬਾਰੇ ਜਾਣੂ ਕਰਾਉਂਦਾ ਹੈ ਜਿਨ੍ਹਾਂ ਦੀ ਇੱਕ ਪੁਰਾਤਨ ਵਿਰਾਸਤ ਹੈ। ਸਾਡੇ ਨਾਲ ਮੌਜੂਦ ਹੈ ਸਾਦ ਜ਼ਾਹਿਦ ਜੋ ਵੱਖ ਵੱਖ ਤਰੀਕੇ ਦੀਆਂ ਵਲੌਗਸ ਬਣਾ ਕੇ ਸਾਨੂੰ ਲਾਹੌਰ ਤੇ ਉਹਦੇ ਆਲੇ ਦੁਆਲੇ ਦੇ ਇਤਿਹਾਸ ਤੇ ਵਿਰਾਸਤ ਨਾਲ ਜਾਣੂ ਕਰਾਉਂਦੇ ਨੇ। ਸਾਦ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬੀਬੀਸੀ ਪੰਜਾਬੀ ਵਿੱਚ। ਅਸਲਾਮ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਤੇ ਸਰ, ਬਹੁਤ ਬਹੁਤ ਸ਼ੁਕਰੀਆ, ਗ੍ਰੇਟ ਆਨਰ। ਤੁਸੀਂ ਆਖਿਰ ਇਹ ਵਲੌਗਸ ਬਣਾਉਣ ਦਾ ਸਿਲਸਿਲਾ ਜਾਂ ਇਹ ਕਿਵੇਂ ਸ਼ੁਰੂ ਹੋਏ? ਸਰ, ਇਹ ਬੜਾ ਹੀ ਰੈਂਡਮ ਡਿਸੀਜਨ ਸੀ ਇਸ ਕਰਨ ਬਾਰੇ। 2019 'ਚ ਤੁਹਾਨੂੰ ਯਾਦ ਹੋਏਗਾ ਕੋਵਿਡ ਦੀ ਸੈਂਕਸ਼ਨਸ ਵਗੈਰਾ ਆ ਗਈਆਂ ਸਨ, ਕਾਫੀ ਹੱਦ ਤੱਕ ਚੀਜ਼ਾਂ ਜਿਹੜੀਆਂ ਨੇ ਉਹ ਰੁਕ ਗਈਆਂ ਸਨ, ਤੁਸੀਂ ਜਾ ਨਹੀਂ ਸੀ ਸਕਦੇ, ਇੱਕ ਆਫਿਸ ਵੀ ਤੁਹਾਨੂੰ ਪਤਾ ਵਰਕ ਫਰੋਮ ਹੋਮ ਦਾ ਸਿਲਸਿਲਾ ਸ਼ੁਰੂ ਹੋ ਗਿਆ, ਤੋ ਕੋਈ ਸਫ਼ਰ ਸੁਫ਼ਰ ਕਰਨ ਦਾ ਸ਼ੌਕ ਸੀ। ਤੋ ਉਸ ਦੌਰਾਨ ਜਿਹੜਾ ਨਾ ਘਰੋਂ ਬਾਹਰ ਲੋਕ ਜਦੋਂ ਘਰ ਦੇ ਅੰਦਰ ਬੈਠੇ ਸਨ, ਅਸੀਂ ਉਲਟਾ ਕੰਮ ਕਰਿਆ, ਅਸੀਂ ਘਰੋਂ ਬਾਹਰ ਨਿਕਲਣਾ ਸ਼ੁਰੂ ਕੀਤਾ ਤੇ ਲਾਹੌਰ ਦੀ ਜਿਹੜੇ ਹਿਸਟੋਰੀਕਲ ਸਾਈਟਸ ਸਨ ਉੱਥੇ ਜਾ ਕੇ ਐਕਸਪਲੋਰ ਕਰਨਾ, ਉਹਦੀ ਵੀਡੀਓਜ਼ ਬਣਾਉਣਾ, ਛੋਟੇ ਛੋਟੇ ਕਲਿਕਸ ਕਰਨਾ ਤੇ ਉਹ ਲਿਆ ਕੇ ਜਿਹੜਾ ਨਾ ਉਹਨੂੰ ਡਿਫਰੈਂਟ ਪਲੇਟਫਾਰਮਸ ਤੇ, ਜਿਵੇਂ ਆਪਣਾ ਕੋਈ ਜ਼ਾਤੀ ਜਾਂ ਪ੍ਰੋਫਾਈਲ ਹੁੰਦਾ ਫੇਸਬੁੱਕ, ਉਹਦੇ ਤੇ ਲਾਉਣਾ ਸ਼ੁਰੂ ਕਰਤਾ ਤੇ ਆਹਿਸਤਾ ਆਹਿਸਤਾ ਲੋਕ ਨਾਲ ਜੁੜਨਾ ਸ਼ੁਰੂ ਕੀਤੇ। ਕੋਈ ਉਹਨਾਂ ਨੇ ਮਸ਼ਵਰਾ ਦਿੱਤਾ ਕਿ ਯਾਰ ਇਹਨੂੰ ਗਰੁੱਪ ਚਲਾਉਣਾ ਸ਼ੁਰੂ ਕਰੋ। ਇਸ ਵਕਤ ਤਾਜ਼ੀਨੋ ਆਰਾਇਸ਼ ਕੇ ਮਰਾਹਿਲ ਸੇ ਗੁਜ਼ਰਤਾ ਹੁਆ ਸਿੰਧ ਕਾ ਸ਼ੀਸ਼ ਮਹਿਲ, ਜਿਸੇ ਰਿਆਸਤ ਖੈਰਪੁਰ ਕੇ ਹੁਕਮਰਾਨ ਮੀਰ ਫੈਜ਼ ਅਹਿਮਦ ਖਾਨ ਤਾਲਪੁਰ ਅਵਲ ਨੇ 1890 ਮੇ ਸ਼ਹਿਰ ਸੇ ਤਕਰੀਬਨ 23 ਕਿਲੋਮੀਟਰ। ਇਸ ਲਈ ਤੁਸੀਂ ਵੇਖੋ ਮੇਰਾ ਜਿਹੜਾ ਪਲੇਟਫਾਰਮ ਹੈ ਉਹਦਾ ਮੈਂ ਨਾਂ ਵੀ ਬੜਾ ਸੋਚ ਕੇ ਸਿਲੈਕਟ ਕੀਤਾ ਸੀ, ਵਿਲੌਗਮੈਂਟਰੀ, ਯਾਨੀ ਵਿਲੌਗ ਜਿਹੜੇ ਆਮ ਤੌਰ ਤੇ ਬਣਾ ਰਹੇ ਹੁੰਦੇ ਨੇ ਤੇ ਜਿਹੜੀ ਡਾਕੂਮੈਂਟਰੀ ਹੁੰਦੀ ਹੈ, ਇਹਨਾਂ ਦੋਨਾਂ ਨੂੰ ਮਿਕਸ ਕਰ ਦਿੱਤਾ ਜੇ। ਅਸੀਂ ਦੇਖਦੇ ਹਾਂ ਤੁਸੀਂ ਅਹਿਮ ਥਾਵਾਂ ਨੂੰ, ਜਿਹੜੇ ਪਲੇਸਿਸ ਹੈਗੇ ਨੇ, ਹਿਸਟੋਰੀਕਲ ਪਲੇਸਿਸ ਨੂੰ ਦਿਖਾਉਂਦੇ ਹੋ, ਪਰ ਤੁਹਾਡਾ ਇੱਕ ਹਿੱਸਾ ਜਿਹੜਾ ਵੀਡੀਓਜ਼ ਆਉਂਦਾ ਹੈ ਉਹ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਗਲੀਆਂ ਵਿੱਚੋਂ ਲੰਘਣਾ, ਉਹ ਥਾਵਾਂ ਸ਼ਾਇਦ ਇੰਨੇ ਸਾਲਾਂ ਤੋਂ ਕਿਸੇ ਨੇ ਸੋਚਿਆ ਵੀ ਨਹੀਂ ਹੋਗਾ ਕਿ ਇਹਦੀ ਕੁਝ ਇੰਪੋਰਟੈਂਸ ਹੈਗੀ ਹੈ ਨਹੀਂ ਹੈਗੀ ਹੈ, ਤੇ ਇਹ ਤਰੀਕਾ ਅਜ਼ਮਾਉਣ ਵੇਲੇ ਤੁਹਾਨੂੰ ਕਿਵੇਂ ਜਾ ਫੀਲ ਹੁੰਦਾ ਹੈ? ਸਰ, ਗੱਲ ਹੈਗੀ ਹੈ ਕਿ ਲਾਹੌਰ ਦੇ ਅੰਦਰ ਅਸੀਂ ਰਹਿੰਦੇ ਹਾਂ ਨਾ, ਲਾਹੌਰ ਦੇ ਅੰਦਰ ਬੇਇਤਿਹਾਸ਼ਾ ਜਿਹੜੀਆਂ ਚੀਜ਼ਾਂ ਨੇ ਉਹ ਮਿਲ ਜਾਂਦੀਆਂ ਨੇ। ਤੁਸੀਂ ਅਗਰ ਗਲੀਆਂ ਮੁਹੱਲੇ 'ਚ ਜਾਣਾ ਸ਼ੁਰੂ ਕਰੋ ਕਿ ਤੁਹਾਨੂੰ ਸਮਝ ਆਉਂਦੀ, ਮੇਰੇ ਨਾਲ ਹਮੇਸ਼ਾ ਸਰ ਇਹ ਹੁੰਦਾ ਹੈ ਕਿ ਮੈਂ ਕਿਸੇ ਇੱਕ ਚੀਜ਼ ਨੂੰ ਵੇਖਣ ਜਾਣਾ, ਉਹਦੇ 'ਤੇ ਵੀਡੀਓ ਬਣਾਉਣ ਜਾਣਾ ਤੇ ਮੈਨੂੰ 5 ਹੋਰ ਸ਼ਾਵਾਂ ਮਿਲ ਜਾਂਦੀਆਂ ਨੇ। ਉਹ ਫਿਰ ਮੈਂ ਸੋਚੀ ਪੈ ਗਿਆ ਨਾ ਕਿ ਯਾਰ ਮੈਂ ਤੇ ਇਹ ਕਰਨ ਹੀ ਨਹੀਂ ਸੀ ਗਿਆ, ਉਹ ਫਿਰ ਮੈਂ ਉਹ ਨੋਟ ਕਰਕੇ ਉਹਨੂੰ ਲੈ ਆਉਂਦਾ, ਫਿਰ ਅਗਲੀ ਵਾਰੀ ਜਾਵਾਂਗਾ ਫਿਰ 5 ਚੀਜ਼ਾਂ ਨੂੰ ਕਰਾਂਗਾ ਤੇ 10 ਹੋਰ ਸ਼ਾਵਾਂ ਮਿਲ ਜਾਣਗੀਆਂ। ਇੱਕ ਤੁਹਾਡਾ ਵੀਡੀਓ ਵੀ ਵਾਇਰਲ ਹੋਇਆ ਸੀ ਸਰਦਾਰ ਮੋਹਨ ਸਿੰਘ ਵਾਲਾ, ਜਿਹੜਾ ਅਸੀਂ ਦੇਖਦੇ ਹਾਂ ਕਾਫੀ ਉਸਦੀ ਚਰਚਾ ਸੋਸ਼ਲ ਮੀਡੀਆ ਤੇ ਮੈਂ ਦੇਖੀ ਸੀ ਉਸ ਬਾਰੇ, ਤੇ ਉਸ ਬਾਰੇ ਥੋੜਾ ਤਜਰਬੇ ਬਾਰੇ ਦੱਸੋ। ਅੱਛਾ, ਇਹ ਬੜੇ ਮਜ਼ੇਦਾਰ ਸਟੋਰੀ ਹੈ, ਮੈਂ ਤੁਹਾਨੂੰ ਪੂਰੀ ਸਟੋਰੀ ਸੁਣਾਉਣਾ ਹੋਇਆ ਕਿ ਮੇਰੇ ਇੱਕ ਦੋਸਤ ਨੇ, ਉਹਨਾਂ ਨੂੰ ਇੰਡੀਆ ਤੋਂ ਕਿਸੇ ਨੇ ਫੋਨ ਕਰਕੇ ਕਿਹਾ ਕਿ ਸਾਡਾ ਨਾ ਲਾਹੌਰ ਦੇ ਅੰਦਰ ਇੱਕ ਇਲਾਕਾ ਹੈ ਬ੍ਰਾਂਥ ਰੋਡ ਦੇ ਨਾਂ ਤੋਂ ਨਾ, ਉਹਦੇ ਅੰਦਰ ਨਾ ਗਲੀ ਹੈਗੀ ਹੈ ਰਾਮ ਗਲੀ, ਉਹ ਵੈਸੇ ਤੇ 17-18 ਰਾਮ ਗਲੀਆਂ ਹੈਗੀਆਂ ਨੇ, ਤੇ ਰਾਮ ਗਲੀ 'ਚ ਨਾ ਸਾਡਾ ਕੋਈ ਮਕਾਨ ਹੁੰਦਾ ਸੀ, ਸਾਡੇ ਵੱਡੇ ਪਿਛੋਕੜ ਜਿਹਨਾਂ ਉਹ ਛੱਡ ਕੇ ਆਏ ਨੇ, ਤੇ ਤੁਸੀਂ ਨਾ ਉਹ ਲੱਭ ਕੇ ਸਾਨੂੰ ਜਿਹੜਾ ਨਾ ਵਿਖਾਓ। ਉਹਨਾਂ ਨੇ ਮੈਨੂੰ ਫੋਨ ਕਰਤਾ ਤੇ ਉਹਨਾਂ ਕਿਹਾ ਕਿ ਸਾਧ ਬਈ ਤੁਹਾਡਾ ਜ਼ਰਾ ਇਹ ਕੰਮ, ਮੇਰੀ ਹੈਲਪ ਕਰੋ। ਅੱਛਾ, ਮੈਂ ਤੁਹਾਨੂੰ ਦੱਸ ਰਿਹਾ, ਬਾਹੂਦਾ ਕੋਈ ਇੰਨੀ ਅਟੈਨਸ਼ਨ ਨਹੀਂ ਸੀ, ਕੋਈ ਮਾਮਲਾ ਨਹੀਂ ਸੀ, ਬਿਲਕੁਲ ਰੈਂਡਮ, ਮੈਂ ਕਿਹਾ ਚਲੋ ਆਓ ਜੀ ਚੱਲਦੇ ਹਾਂ। ਅੱਛਾ, ਉਸ ਦਿਨ ਹੈਗੀ ਸੀ 14 ਅਗਸਤ, ਠੀਕ ਹੈ ਜੀ, ਛੁੱਟੀ ਵੀ ਸੀ, ਮੈਂ ਕਿਹਾ ਚਲੋ ਆ ਚਲੇ ਚੱਲਦੇ ਹਾਂ, ਨੈਸ਼ਨਲ ਡੇ ਸੀ। ਉਹ ਅਸੀਂ ਲੱਭਦੇ ਲੱਭਦੇ ਜਿਹੜਾ ਬ੍ਰਾਂਥ ਰੋਡ ਗਏ, ਉੱਥੇ ਸਾਰੀ ਮਾਰਕੀਟ ਸੀ, ਉੱਥੇ ਬੰਦ ਸੀ ਉਸ ਦਿਨ। ਉੱਥੇ ਇੱਕ ਸਾਨੂੰ ਬਜ਼ੁਰਗ ਮਿਲੇ, ਉਹਨਾਂ ਨੂੰ ਅਸੀਂ ਦੱਸਿਆ ਕਿ ਐਵੇਂ ਅਸੀਂ ਆਏ ਹਾਂ ਤੇ ਸਾਨੂੰ ਕਿਸੇ ਨੇ ਕਿਹਾ ਸੀ ਕਿ ਕੋਈ ਸਾਡਾ ਘਰ ਲੱਭ ਕੇ ਦਿਓ। ਉਹ ਆਉਣ ਲੱਗੇ ਕਿ ਪੁੱਤਰ ਇੱਥੇ ਦਾ ਜ਼ਿਆਦਾਤਰ ਤੇ ਮਕਾਨ ਨਾ ਲੋਕਾਂ ਨੇ ਢਾ ਕੇ ਨਾ ਤੇ ਪਲਾਜ਼ੇ ਬਣਾ ਲਏ ਨੇ, ਮਾਰਕੀਟ ਬਣ ਗਈ, ਕਮਰਸ਼ਲ ਏਰੀਆ ਬਣ ਗਿਆ, ਲੇਕਿਨ ਯਾਰ ਇਹ ਨਾ ਇਹ ਇੱਕ ਮਕਾਨ ਹੈਗਾ, ਇਹ ਮੈਂ ਨਾ ਪਿਛਲੇ ਆਪਣੀ ਸਾਰੀ ਜ਼ਿੰਦਗੀ, ਮੇਰੀ ਕੋਈ 60-65 ਸਾਲ ਉਮਰ ਹੋ ਗਈ ਹੈ, ਮੈਂ ਵੇਖਣ ਦਿਆਂ, ਤੇ ਇਹਦੇ ਉੱਤੇ ਨਾ ਇੱਕ ਮੈਨੂੰ ਲੱਗ ਰਿਹਾ ਤਖਤੀ ਲੱਗੀ ਹੈ, ਉਹ ਕਾਲੀ ਸਿਆਹ ਹੋਈ ਪਈ ਸੀ।
ਉਹ ਐਡੀ ਮੋਟੀ ਜਿਹੜੀ ਨਾ ਮਿੱਟੀ ਮਿੱਟੀ ਦੀ ਤਹਿ ਉਹਦੇ ਤੇ ਜੰਮੀ ਸੀ, ਉਹ ਜਿਵੇਂ ਮੈਂ ਥੋੜਾ ਥੋੜਾ ਮਿਟਾਇਆ ਨਾ ਤਾਂ ਉਹ ਥੱਲੋਂ ਦੀ ਨਾ ਐਸ ਕਰੈਕਟਰ ਨਜ਼ਰ ਆਇਆ, ਤੇ ਮੈਨੂੰ ਕਨਫਰਮ ਹੋ ਗਿਆ, ਮੈਂ ਕਿਹਾ ਯਾਰ ਇਹ ਪਲੇ ਕੀ ਹੈ, ਹੁਣ ਵੇਖਣਾ ਕੀ ਹੈ। ਤੋ ਜਿਵੇਂ ਜਿਵੇਂ ਆਰਕਿਓਲੋਜਿਸਟ ਅਪਰੋਚ ਹੁੰਦੀ ਹੈ ਕਿ ਜਿਵੇਂ ਤੁਹਾਨੂੰ ਕੋਈ ਸ਼ੈ ਲੱਭਣਾ ਸ਼ੁਰੂ ਹੁੰਦੀ ਹੈ ਨਾ, ਤੁਹਾਡਾ ਜੋਸ਼ ਹੋਰ ਵਧਣਾ ਸ਼ੁਰੂ ਹੋ ਜਾਂਦਾ ਹੈ, ਉਹ ਮੈਂ ਬੜੀ ਜਿਹੜਾ ਨਾ ਬਣਾ ਉਹਨੂੰ ਕਰੀ ਜਾ ਰਿਹਾ, ਰਿਮੂਵ ਕਰ ਰਿਹਾ, ਤਾਂ ਆਹਿਸਤਾ ਆਹਿਸਤਾ ਨਾ ਸਾਰੀ ਪਲੇਕ ਜਿਹੜੀ ਹੈ ਨਾ ਸਾਫ਼ ਹੋ ਰਹੀ ਹੈ। ਅੱਛਾ, ਲੱਕੀਲੀ ਯਕੀਨਨ ਉਹ ਲੱਕੀਲੀ ਥੱਲੋਂ ਮੇਰਾ ਜਿਹੜਾ ਦੋਸਤ ਹੈ ਉਹ ਵੀਡੀਓ ਬਣਾ ਰਿਹਾ ਸੀ, ਔਰ ਮੈਨੂੰ ਨਹੀਂ ਸੀ ਪਤਾ ਕੋਈ ਵੀਡੀਓ ਬਣਾ ਰਿਹਾ। ਉਹ ਬਣਾ ਬਣੂ ਕੇ ਸਾਫ਼ ਸੂਫ਼ ਕਰਕੇ ਜਦੋਂ ਨਿਕਲੀ ਨਾ, ਤਾਂ ਥੱਲੋਂ ਸਰਦਾਰ ਮੋਹਨ ਸਿੰਘ ਸੁਖਦੇਵ ਦੀ ਜਿਹੜੀ ਨਾ ਉਹ ਮਕਾਨ ਨਿਕਲ ਆਇਆ, ਤੇ 1929 ਦਾ ਉਹ ਬਣਿਆ ਸੀ। ਅੱਛਾ, ਇਹ ਉਹ ਮਕਾਨ ਹੀ ਸੀ ਹੈਗਾ ਜਿਹਨੂੰ ਅਸੀਂ ਲੱਭਣ ਗਏ ਸਾਂ, ਲੇਕਿਨ ਕਿਉਂਕਿ ਇੱਕ ਮਕਾਨ ਸੀ, ਬਹਰਹਾਲ ਅਸੀਂ ਉਹ ਵੇਖਿਆ, ਮੈਨੂੰ ਅੱਛਾ ਲੱਗਿਆ, ਮੈਂ ਤਸਵੀਰ ਉਹਦੀ ਲਈ ਕਰਕੇ ਉਹਨਾਂ ਨੂੰ ਕੋਈ ਸ਼ੁਕਰੀਆ ਅਦਾ ਕੀਤਾ ਤੇ ਘਰ ਵਾਪਸ ਆ ਗਏ। ਤੇ ਉਹ ਮੈਨੂੰ ਦੋਸਤ ਨੇ ਜਿਹੜਾ ਨਾ ਮੈਨੂੰ ਵੀਡੀਓ ਕਲਿੱਪ ਸੈਂਡ ਕਰਤੇ, ਮੈਂ ਵੇਖੇ, ਅੱਛਾ ਮੈਂ ਕਿਹਾ ਵੀਡੀਓ ਬਣਾਤੀ ਹੈ, ਮੈਂ ਕਿਹਾ ਚਲੋ ਯਾਰ ਇਹਨੂੰ ਲਾ ਦਿੰਦੇ ਹਾਂ। ਉਹ ਮੈਂ ਬੇਸਿਕ ਹੀ ਐਡਿਟ ਕਰਕੇ, ਕੋਈ ਐਡੀ ਕੋਈ ਖਾਸ ਨਹੀਂ, ਹਾਲਾਂਕਿ ਮੇਰਾ ਫਾਰਮੈਟ ਵੀ ਉਹ ਨਹੀਂ ਸੀਗਾ, ਲੇਕਿਨ ਮੈਂ ਐਡਿਟ ਹਲਕੀ ਹੀ ਕਰਕੇ ਉਹ 30 ਸੈਕਿੰਡ ਦਾ ਕਲਿੱਪ ਬਣਾ ਕੇ ਜਿਹੜਾ ਨਾ ਮੈਂ ਲਾਇਆ, ਉਹ ਮੈਂ ਰਾਤ ਨੂੰ ਲਾ ਕੇ ਮੈਂ ਸੋ ਗਿਆ, ਸਵੇਰੇ ਉੱਠਿਆ ਤਾਂ ਉਹ ਤਕਰੀਬਨ 1.5 ਲੱਖ ਬੰਦਿਆਂ ਨੇ ਵੇਖ ਬੜੀ। ਲਿਆ ਸੀ। ਅਗਰਚੇ ਇਸ ਪਲੇਟ ਕੇ ਜ਼ਿਆਦਾਤਰ ਅਲਫਾਜ਼ ਮਿਟ ਚੁੱਕੇ ਹਨ, ਲੇਕਿਨ ਉਰਦੂ, ਅੰਗਰੇਜ਼ੀ ਔਰ ਗੁਰਮੁਖੀ ਤਹਿਰੀਰ ਕੇ ਮੁਸ਼ਤਰਕਾ ਅਲਫਾਜ਼ ਕੋ ਯਕਜਾ ਕਰਕੇ ਯਹੀ ਸਾਬਿਤ ਹੋਤਾ ਹੈ ਕਿ ਯਹ ਇੱਕ ਮੁਕੰਮਲ ਕੰਪਲੈਕਸ ਕਾ ਦਾਖਲੀ ਦਰਵਾਜ਼ਾ ਥਾ। ਅੱਛਾ, ਜਿਸ ਤਰ੍ਹਾਂ ਤੁਸੀਂ ਉਹ ਪਲੇਟ ਮੈਂ ਦੇਖੀ, ਸ਼ਾਇਦ ਉਹਦੇ ਵਿੱਚ ਈਅਰ ਵੀ ਲਿਖਿਆ ਹੋਇਆ ਸੀ, ਤੁਹਾਨੂੰ ਉਸ ਵੇਲੇ ਜਿਸ ਤਰ੍ਹਾਂ ਹੁਣ ਸਾਡੇ ਜਿਹੜੇ ਮਕਾਨ ਹੁੰਦੇ ਨੇ ਤੇ ਅਸੀਂ ਜ਼ਿਆਦਾ ਤੋਂ ਜ਼ਿਆਦਾ ਨਾਮ ਲਿਖਦੇ ਹਾਂ ਤੇ ਮਕਾਨ ਦਾ ਨੰਬਰ ਹੋ ਗਿਆ, ਫਲੈਟ ਦਾ ਨੰਬਰ ਹੋ ਗਿਆ ਲਿਖਦੇ ਹਾਂ, ਉਸ ਵੇਲੇ ਸਾਲ ਵੀ ਲਿਖਿਆ ਹੁੰਦਾ ਸੀ, ਤੇ ਕੁਛ ਇਸ ਤਰ੍ਹਾਂ ਦਾ, ਕੁਛ ਤੁਹਾਨੂੰ ਇਸ ਤਰ੍ਹਾਂ ਦਾ, ਜਦ ਤੁਸੀਂ ਕੰਮ ਕਰਦੇ ਹੋ ਤਾਂ ਕੋਈ ਇਹੋ ਜਿਹੀ ਚੀਜ਼ ਹੈ ਜੋ ਵਿਲੱਖਣ ਹੁੰਦੀ ਸੀ ਉਸ ਵੇਲੇ, ਜੋ ਸ਼ਾਇਦ ਇਸ ਵੇਲੇ ਨਹੀਂ ਹੁੰਦੀ? ਸਰ, ਮੇਰੇ ਖਿਆਲ ਦੇ ਮੁਤਾਬਿਕ ਮਕਾਨ ਉਸੇ ਦੌਰ 'ਚ ਹੀ ਬਣਦੇ ਸਨ। ਮੇਰਾ ਜਦੋਂ ਖਿਆਲ ਹੈ ਨਾ, ਉਸ ਦੌਰ ਦੇ ਅੰਦਰ ਲੋਕਾਂ 'ਚ ਸ਼ਾਇਦ ਮੁਕਾਬਲਾ ਹੁੰਦਾ ਸੀ ਕਿ ਕੌਣ ਸੋਹਣਾ ਮਕਾਨ ਬਣਾਏਗਾ, ਲੋਕੀ ਆਪਣਾ 200% ਨਾ ਉਹ ਮਕਾਨਾਂ ਨੂੰ ਦਿੰਦੇ ਸਨ। ਤੁਸੀਂ ਇਹ ਵੇਖੋ, ਤੁਸੀਂ ਪਲੇਗ ਦੀ ਗੱਲ ਕਰ ਰਹੇ ਹੋ, ਈਅਰ ਦੀ ਗੱਲ ਕਰ ਰਹੇ ਹੋ, ਈਵਨ ਸਰ ਤੁਹਾਡਾ ਫਰੰਟ ਦਾ ਜਿਹੜਾ ਫਸਾਡ ਹੈ ਕਿਸੇ ਮਕਾਨ ਦਾ, ਤੁਸੀਂ ਵੇਖ ਲਓ, ਤੁਸੀਂ ਆਰਾਮ ਨਾਲ ਦੱਸ ਸਕਦੇ ਹੋ ਇਹਦੇ ਅੰਦਰ ਕਿਹੜੀ ਫੈਮਿਲੀ ਰਹਿੰਦੀ ਹੋਏਗੀ। ਉਹ ਸਿੱਖ ਰਹਿੰਦੇ ਸਨ, ਉਹ ਹਿੰਦੂ ਰਹਿੰਦੇ ਸਨ, ਉਹ ਪਾਰਸੀ ਰਹਿੰਦੇ ਸਨ, ਉਹ ਜੈਨ ਰਹਿੰਦੇ ਸਨ, ਕੌਣ ਰਹਿੰਦਾ ਹੋਏਗਾ, ਤੁਹਾਨੂੰ ਉਹਨੂੰ ਵੇਖਦੇ ਨਾ, ਉਹਦਾ ਸਿਰਫ ਫਰੰਟ ਦਾ ਗੇਟ ਵੇਖ ਕੇ ਤੁਹਾਨੂੰ ਦੱਸ ਦੇਣਗੇ। ਇੰਨਾ ਕ੍ਰੀਏਟਿਵਲੀ ਉਹ ਵਰਕ ਕਰਦੇ ਸਨ ਕਿ ਜਿਸ ਤਰ੍ਹਾਂ ਤੁਸੀਂ ਕੋਈ ਵੀਡੀਓ ਬਣਾਈ ਔਰ ਵੀਡੀਓ ਬਣਾਉਣ ਤੋਂ ਬਾਅਦ ਤੁਹਾਨੂੰ ਕਿਸੇ ਦਾ ਮੈਸੇਜ ਇਸ ਤਰ੍ਹਾਂ ਆਇਆ ਕਿ ਹਾਂ ਕਿ ਇਹ ਤਾਂ ਸਾਡਾ ਘਰ ਹੈ, ਘਰ ਸੀ ਜਾਂ ਸਾਡਾ ਇਸ ਦੇ ਨਾਲ ਰਿਸ਼ਤਾ ਸੀ, ਇਸ ਤਰ੍ਹਾਂ ਦੀ ਤੁਸੀਂ ਕੋਈ ਅਗਰ ਸਾਨੂੰ ਕਿੱਸਾ ਸੁਣਾ ਸਕੋ? ਜੀ ਬਿਲਕੁਲ ਜੀ, ਮੈਂ ਤੁਹਾਨੂੰ ਇੱਕ ਮਜ਼ੇਦਾਰ ਵਾਕਿਆ ਸੁਣਾਉਣਾ। ਮੈਂ ਅੱਜ ਤੋਂ ਤਕਰੀਬਨ ਆਲਮੋਸਟ 1.5 2 ਸਾਲ ਹੋ ਗਏ ਨੇ, ਬਲਕਿ ਸ਼ਾਇਦ 2 ਸਾਲ ਹੋਣ ਵਾਲੇ ਹੋਣਗੇ। ਮੈਨੂੰ ਕਿਸੇ ਨੇ ਦੱਸਿਆ ਕਿ ਜੀ ਲਾਹੌਰ ਦੇ ਨਾ ਥੋੜਾ ਬਾਹਰ ਇੱਕ ਸੋਸਾਇਟੀ ਬਣੀ ਹੈ, ਤੇ ਉਹਦੇ ਨਾਲ ਇੱਕ ਪੁਰਾਣਾ ਪਿੰਡ ਹੈ, ਉਹ ਪਿੰਡ ਦੇ ਅੰਦਰ ਇੱਕ ਪੁਰਾਣੀ ਹਵੇਲੀ ਹੈ, ਉਹ ਜਾ ਕੇ ਕਵਰ ਕਰੋ। ਮੈਂ ਚਲਾ ਗਿਆ ਉੱਥੇ, ਮੈਂ ਜਾ ਕੇ ਉਹਨੂੰ ਕਵਰ ਕੀਤਾ, ਉਹ ਮੈਂ ਹਵੇਲੀ ਕਵਰ ਕਰਕੇ ਆਇਆ, ਮੈਂ ਉਹਨੂੰ ਵੀਡੀਓ ਬਣਾਈ, ਬਣਾ ਕੇ ਮੈਂ ਉਹ ਲਾ ਦਿੱਤੀ। ਉਹ ਕੋਈ ਹਫਤਾ ਕੁ ਲੰਘਿਆ, ਹਫਤੇ ਬਾਅਦ ਨਾ ਮੈਨੂੰ ਕੋਈ ਉਹਦੇ ਕਮੈਂਟ ਬਾਕਸ 'ਚ ਨਾ ਇੱਕ ਮੈਸੇਜ ਆਇਆ ਕਿ ਉਹਨੇ ਕਿਹਾ ਕਿ ਜੀ ਮੈਂ ਜਿਹੜਾ ਨਾ ਤੁਸੀਂ ਜਿਹੜੀ ਜਿਨ੍ਹਾਂ ਦੀ ਹਵੇਲੀ ਦੇ ਉੱਤੇ ਕਵਰ ਕੀਤਾ, ਮੈਂ ਉਹਦੀ ਨਸਲ ਤੋਂ ਹੀ ਮੇਰਾ ਤਾਲੁਕ ਹੈ, ਤੇ ਕਾਇੰਡਲੀ ਜਿਹੜਾ ਨਾ ਤੁਸੀਂ ਮੇਰੇ ਨਾਲ ਰਾਬਤਾ ਕਰੋ, ਮੈਂ ਤੁਹਾਨੂੰ ਬੜੀ ਜ਼ਰੂਰੀ ਗੱਲ ਜਿਹੜੀ ਹੈ ਨਾ ਉਹ ਦੱਸਣੀ ਹੈ। ਤੇ ਮੈਂ ਉਹਨਾਂ ਨੂੰ ਵਟਸਐਪ ਨੰਬਰ ਦਿੱਤਾ, ਉੱਥੇ ਕੋਆਰਡੀਨੇਸ਼ਨ ਹੋਈ, ਉਹਨਾਂ ਦੀ ਮੈਨੂੰ ਕਾਲ ਆ ਗਈ। ਉਹ ਆਉਣ ਲੱਗੇ ਕਿ 7 ਵਜੇ ਜਦੋਂ ਮੈਂ ਵੇਖਿਆ ਨਾ ਕਿ ਤੁਹਾਡੀ ਵੀਡੀਓ ਆਈ ਹੈ, ਤੇ ਮੈਂ ਫੌਰੀ ਤੌਰ ਤੇ ਨਾ ਪੂਰੀ ਫੈਮਿਲੀ ਨੂੰ ਮੈਂ ਇਕੱਠਾ ਕੀਤਾ ਇੱਕ ਕਮਰੇ 'ਚ, ਅਸੀਂ ਬੈਠੇ, ਮੈਂ ਟੀਵੀ ਦੇ ਉੱਤੇ ਜਿਹੜਾ ਨਾ ਉਹ ਤੁਹਾਡੀ ਵੀਡੀਓ ਜਿਹੜੀ ਨਾ ਯੂਟਿਊਬ ਤੋਂ ਉਹ ਮੈਂ ਲਾ ਦਿੱਤੀ। ਉਹ ਕੋਈ 8-9 ਮਿੰਟ ਦਾ ਜਿਹੜਾ ਪੂਰਾ ਕਲਿੱਪ ਸੀ ਜਾਂ ਵੀਡੀਓ ਸੀ ਉਹਨਾਂ ਨੂੰ ਵੇਖੀ। ਉਹ ਵੇਖਣ ਤੋਂ ਬਾਅਦ ਜਿਹੜਾ ਨਾ ਉਹ ਕਹਿੰਦੇ ਕਿ ਯਾਰ ਜਦੋਂ ਤੁਹਾਡੀ ਵੀਡੀਓ ਖਤਮ ਹੋਈ ਨਾ, ਤੇ ਸਾਡੀ ਫੈਮਿਲੀ ਤੇ ਸਮਝ ਲਓ ਕਿ ਅੱਧੇ ਬੰਦੇ ਉਹ ਹੱਸਣ ਦੇ ਸਨ, ਖੁਸ਼ ਹੋ ਰਹੇ ਸਨ, ਤੇ ਅੱਧੇ ਬੰਦਿਆਂ ਨੇ ਰੋਣਾ ਸ਼ੁਰੂ ਕਰਤਾ। ਮਤਲਬ ਉਹ ਚੀਜ਼ ਜਿਹੜੀ ਹੈ ਨਾ ਉਹ ਪਿੱਛੇ ਚਲੇ ਗਏ। ਉਹਨਾਂ ਨੇ ਫਿਰ ਜਿਹੜੀ ਨਾ ਆਪਣੀ ਇੱਕ ਬਜ਼ੁਰਗ ਖਾਤੂਨ ਸਨ, ਮਾਸ਼ਾਅੱਲਾ ਉਹਨਾਂ ਦੀ ਉਮਰ ਕੋਈ 80 ਸੀ, ਉਹ ਉੱਥੋਂ ਉਸ ਮਕਾਨ ਦੇ ਅੰਦਰ ਜਿਹੜੇ ਆ ਹਵੇਲੀ ਦੇ ਅੰਦਰ ਰਹਿੰਦੇ ਰਹੇ ਨੇ।
ਉਹਨਾਂ ਦੇ ਨਾਲ ਮੇਰੀ ਗੱਲ ਕਰਾਈ ਤੇ ਉਹ ਇੰਨੀਆਂ ਰੋਂਦੇ ਰਹਿਣ ਤੇ ਦੁਆਵਾਂ ਦੇਣ, ਰੋਂਦੇ ਰਹਿਣ ਤੇ ਦੁਆਵਾਂ ਦੇਣ, ਤੇ ਆਖਰੀ ਜਿਹੜਾ ਉਹਨਾਂ ਦਾ ਜੁਮਲਾ ਸੀ ਉਹ ਹੈ ਤੇ ਗੈਰ ਮੁਨਾਸਿਬ ਜਿਹਾ ਜੁਮਲਾ ਸੀ, ਲੇਕਿਨ ਉਹ ਜੁਮਲਾ ਉਹਨਾਂ ਦਾ ਸੀ ਕਿ ਪੁੱਤਰ ਹੁਣ ਮੈਂ ਮਰ ਸਕਨੀ ਆ। ਯਾਨੀ ਕਹਿਣ ਦਾ ਮਕਸਦ ਹੈ ਵੇ ਕਿ ਮੇਰੀ ਜ਼ਿੰਦਗੀ ਦੀ ਜਿਹੜੀ ਸਭ ਤੋਂ ਵੱਡੀ ਖਾਹਿਸ਼ ਸੀ ਕਿ ਮੈਂ ਆਪਣਾ ਪਿਛੋਕੜ ਦਾ ਜਿਹੜਾ ਮਕਾਨ ਹੈ ਜਿਹੜਾ ਉਹ ਛੱਡ ਕੇ ਗਏ ਸਨ, ਜਿਹੜਾ ਹੈਰੀਟੇਜ ਸੀ ਬੜਾ ਖੂਬਸੂਰਤ ਉਹ ਮੈਂ ਵੇਖ ਸਕਾਂ, ਉਹ ਮੈਂ ਵੇਖ ਲਿਆ। ਅੱਛਾ, ਤੁਸੀਂ ਇੱਕ ਵੀਡੀਓ ਮਨੀ ਸਿੰਘ ਦੇ ਸ਼ਹੀਦੀ ਸਥਾਨ ਦੀ ਵੀ ਪਾਈ ਸੀ, ਜੀ ਹਾਂ ਉਹ ਇੱਕ ਮਤਲਬ ਜੋ ਅਸੀਂ ਦੇਖਿਆ ਕਿ ਕਾਫੀ ਅੰਦਰ ਜਾ ਕੇ ਇੱਕ ਜਗ੍ਹਾ ਸੀ, ਉਹ ਪਹਿਲੇ ਤਾਂ ਉਹਦੀ ਲੋਕੇਸ਼ਨ ਕੀ ਹੈ, ਕਿਸ ਤਰ੍ਹਾਂ ਉਹ ਕੌਣ ਨੂੰ ਸਾਂਭ ਰਿਹਾ ਹੈ, ਜਾਂ ਕਿਵੇਂ ਤੁਹਾਨੂੰ ਉਸ ਬਾਰੇ ਪਹੁੰਚਣ ਦਾ ਸਬਬ ਬਣਿਆ? ਅੱਛਾ ਜੀ, ਇਹਦਾ ਸਾਰਾ ਕ੍ਰੈਡਿਟ ਸਾਡੇ ਇੱਕ ਮਿੱਤਰ ਹੈਗੇ ਨੇ, ਭਰਾ ਹੈਗੇ ਨੇ ਮੇਰੇ ਵੱਡੇ ਸੀਨੀਅਰ ਨੇ, ਸ਼ਬਾਸ ਭਾਈ ਖੋਜ ਪੰਜਾਬ ਤੋਂ, ਉਹਨਾਂ ਨੂੰ ਜਾਣਦਾ ਹੈ। ਉਹਨਾਂ ਨੇ ਕਾਫੀ ਤਕਰੀਬਨ 3-4 ਬਲਕਿ ਇਸ ਤੋਂ ਵੀ ਪੁਰਾਣੇ ਸਾਲ ਤੋਂ ਨਾ ਉਹ ਇਹਦੇ ਤੇ ਕੰਮ ਕਰ ਰਹੇ ਸਨ। ਮੈਂ ਅੱਜ ਤੋਂ ਕੁਝ 4 ਸਾਲ ਪਹਿਲੇ ਜਿਹੜੀ ਹੈ ਨਾ ਇਹਦੀ ਇੱਕ ਛੋਟੀ ਜਿਹੀ ਵੀਡੀਓ ਬਣਾਈ ਸੀ, ਲੇਕਿਨ ਉਹ ਪ੍ਰੋਪਰ ਨਹੀਂ ਸੀ ਹੈਗੀ। ਉਹ ਪਿਛਲੇ ਦਿਨੋਂ ਜਿਹੜਾ ਜੀ ਮੈਂ ਉਹਨਾਂ ਦੇ ਨਾਲ ਬੈਠਾ ਆ, ਤੇ ਮੈਂ ਉਹਨਾਂ ਜ਼ਿਕਰ ਕੀਤਾ ਕਿ ਸ਼ਬਾਸ ਭਾਈ ਭਾਈ ਮਨੀ ਸਿੰਘ ਜਿਹੜਾ ਨਾ ਇੱਕ ਬੜਾ ਪ੍ਰੋਮੀਨੈਂਟ ਕੈਰੇਕਟਰ ਹੈਗੇ ਨੇ ਸਿੱਖ ਧਰਮ ਦੇ ਅੰਦਰ, ਤੇ ਉਹਨਾਂ ਦਾ ਸਥਾਨ ਤੁਸੀਂ ਲੱਭਿਆ, ਉਹਦੀ ਪ੍ਰੋਪਰ ਵੀਡੀਓ ਹੋਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਬਿਲਕੁਲ ਹੋਣੀ ਚਾਹੀਦੀ ਹੈ। ਅਸੀਂ ਫਿਰ ਜਾ ਕੇ ਜਿਹੜਾ ਨਾ ਉਹਨੂੰ ਲੱਭਿਆ, ਬੇਸਿਕਲੀ ਉਹ ਜਿਹੜਾ ਐਗਜ਼ਿਸਟ ਕਰ ਰਹੇ ਨੇ ਲਾਹੌਰ, ਜਿਹੜਾ ਸਾਡਾ ਸ਼ਾਹੀ ਕਲਾ ਹੈਗਾ ਉਹਦਾ ਇੱਕ ਦਰਵਾਜ਼ਾ ਹੈ ਅਕਬਰੀ ਗੇਟ, ਅਕਬਰੀ ਗੇਟ ਦੇ ਬਿਲਕੁਲ ਸਾਹਮਣੇ ਜਿਹੜੀ ਹੈ ਨਾ ਇੱਕ ਲਾਏ ਰਿਮ ਦੀ ਮਾਰਕੀਟ ਬਣੀ ਹੈ। ਉਸ ਮਾਰਕੀਟ ਦੇ ਅੰਦਰ ਬਹੁਤ ਸਾਰੀ ਇਨਕਰੋਚਮੈਂਟ ਹੋਈਆਂ, ਬਹੁਤ ਸਾਰੇ ਪਲਾਜ਼ੇ ਬਣ ਗਏ, ਤੇ ਬਹੁਤ ਸਾਰੇ ਪਲਾਜ਼ਿਆਂ ਦੇ ਵਿੱਚ ਜਾ ਕੇ ਜਿਹੜਾ ਨਾ ਉਹ ਛੋਟਾ ਜਿਹਾ ਜਿਹੜਾ ਸਥਾਨ ਸੀ ਨਾ ਉਹ ਲੁਕ ਗਿਆ, ਬੈਕ ਸਾਈਡ ਤੇ ਚਲਾ ਗਿਆ। ਤੇ ਬਾਅਦ ਬਹੁਤ ਸਾਰੇ ਹਿਸਟੋਰੀਅਨਸ ਦਾ ਵੀ ਸ਼ਾਇਦ ਇਹ ਖਿਆਲ ਸੀ ਕਿ ਹੁਣ ਉਹ ਮੁੱਕ ਗਿਆ ਹੈ, ਖਤਮ ਹੋ ਗਿਆ, ਹੁਣ ਉਹ ਬਿਲਡਿੰਗ ਐਗਜ਼ਿਸਟ ਨਹੀਂ ਕਰਦੀ ਹੈ। ਉਹਨਾਂ ਨੂੰ ਆਈਡੀਆ ਸੀ ਕਿ ਇੱਥੇ ਕਰਕੇ ਹੈ ਸੀ, ਲੇਕਿਨ ਐਗਜ਼ਿਸਟ ਨਹੀਂ ਕਰ ਰਹੀ। ਉਹ ਫਿਰ ਸ਼ਬਾਸ ਭਾਈ ਦੀ ਮਿਹਰਬਾਨੀ, ਉਹਨਾਂ ਨੇ ਜਾ ਕੇ ਨਾ ਸਿਰਫ ਇਹ ਕਿ ਉਹਨੂੰ ਫਾਇੰਡ ਕੀਤਾ ਬਲਕਿ ਫਿਰ ਉਹਨੂੰ ਸਫਾਈ ਕਰਵਾਈ, ਉਹਦੀ ਰੰਗ ਰੋਗਨ ਕਰਵਾਇਆ, ਅੰਦਰ ਸਾਰਾ ਕਬਾੜ ਉਹਨੂੰ ਬਣਾਇਆ ਸੀ, ਅੰਦਰ ਨੂੰ ਸਾਰਾ ਸਮਾਨ ਕਢਾਇਆ, ਸਾਰੀ ਚੀਜ਼ਾਂ ਏ ਬੀ ਸੀ, ਉਹਨੂੰ ਸਾਰਾ ਸੈੱਟ ਕੀਤਾ। ਉਹਦੇ ਬਾਅਦ ਜਿਹੜਾ ਨਾ ਅਸੀਂ ਉਹ ਇੱਕ ਰੈਂਡਮ ਜਿਹੜੀ ਜਿਵੇਂ ਮੇਰਾ ਇੱਕ ਸਟਾਈਲ ਹੈਗਾ ਪੂਰਾ ਉਹਦੀ ਲੋਕੇਸ਼ਨ ਸਮਝਾਉਣਾ ਕਿ ਕਿੱਥੇ ਕਰਕੇ ਹੈਗਾ, ਉਹ ਮੈਂ ਉਹ ਵੀਡੀਓ ਬਣਾਈ, ਫਿਰ ਅਸੀਂ ਦੋਨਾਂ ਨੇ ਮਿਲ ਕੇ ਕੋਲੈਬ ਕਰਕੇ ਉਹ ਜਦੋਂ ਵੀਡੀਓ ਲਾਈ, ਉਹ ਮੈਂ ਜਿਹੜੀ ਵੀਡੀਓ ਹੈ ਉਹ ਫਿਰ ਪੂਰੀ ਦੁਨੀਆ 'ਚ ਜਿਹੜੀ ਹੈ ਨਾ ਉਹ ਵਾਇਰਲ ਹੋਈ, ਪੂਰੀ ਦੁਨੀਆ ਦੇ ਸਿੱਖ ਲੋਕਾਂ ਨੇ ਬੜਾ ਪਸੰਦ ਕੀਤਾ।